ਫਾਜ਼ਿਲਕਾ ਦੇ ਪਿੰਡ ਗੁਲਾਮ ਰਸੂਲ ਦੇ ਵਿੱਚ ਅੱਜ ਵਿਕਾਸ ਕਾਰਿਆਂ ਦਾ ਕੀਤਾ ਗਿਆ ਉਦਘਾਟਨ। ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੇ ਪਿਤਾ ਪਟਵਾਰੀ ਖਜਾਨ ਸਿੰਘ ਪਹੁੰਚੇ। ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੇ ਪਿਤਾ ਪਟਵਾਰੀ ਖਜਾਨ ਸਿੰਘ ਨੇ ਅੱਜ ਪਿੰਡ ਗੁਲਾਮ ਰਸੂਲ ਦੇ ਵਿੱਚ ਕੀਤੇ ਜਾਣ ਵਾਲੇ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਪਿੰਡ ਗੁਲਾਮ ਰਸੂਲ ਦੇ ਸਰਪੰਚ, ਪੰਚ ਅਤੇ ਹੋਰ ਵੀ ਕਈ ਪਤਵੰਤੇ ਸੱਜਣ ਮੌਜੂਦ ਸਨ। ਜਾਣਕਾਰੀ ਦਿੰਦੇ ਹੋਏ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੇ ਪਿਤਾ ਪਟਵਾਰੀ ਖਜਾਨ ਸਿੰਘ ਅਤੇ ਹੋਰ ਪਤਵੰਤੇ ਸੱਜਣਾਂ ਨੇ ਦੱਸਿਆ ਕਿ ਪਿੰਡ ਦੇ ਵਿੱਚ ਵਿਕਾਸ ਕੰਮਾਂ ਦਾ ਕਾਫੀ ਇੰਤਜ਼ਾਰ ਲੋਕ ਕਰ ਰਹੇ ਸਨ, ਜਿਸ ਦੀ ਅੱਜ ਸ਼ੁਰੂਆਤ ਕਰ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਪਿੰਡ ਦੇ ਵਿੱਚ 58 ਲਗਾਇਆ ਜਾ ਰਿਹਾ ਅਤੇ ਇਸ ਦੇ ਨਾਲ ਹੀ ਹੋਰ ਵੀ ਕੰਮ ਕੀਤੇ ਜਾ ਰਹੇ ਹਨ, ਜਿਨ੍ਹਾਂ ਦੀ ਅੱਜ ਤੋਂ ਸ਼ੁਰੂਆਤ ਕਰ ਦਿੱਤੀ ਗਈ ਹੈ। ਕਿਸ ਕੰਮ ਲਈ ਜੀ? ਅੱਜ ਪਿੰਡ ਗੁਲਾਮ ਰਸੂਲ ਪਹੁੰਚੇ ਆ। ਹਾਂਜੀ, ਇਸ ਪਿੰਡ ਦੀ ਜਿਹੜੀ ਲਿੰਕ ਸੜਕ ਹੈਗੀ ਆ, ਮੈਂ ਖਾਸ ਨੂੰ ਤੇ ਜਿੱਥੇ ਅੰਦਰ ਜਾਣ ਵਾਲੀ ਖੜਵੰਜੇ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਹ ਵਿਕਾਸ ਦੇ ਕੰਮ ਜਿਹੜੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਰਹਿਨਮਾਈ ਹੇਠ ਨਰਿੰਦਰਪਾਲ ਸਿੰਘ ਸਵਨਾ MLA ਦੀ ਰਹਿਨਮਾਈ ਹੇਠ ਸ਼ੁਰੂ ਕਰਵਾਇਆ ਗਿਆ ਹੈ। ਅਤੇ ਇਸ ਨਾਲ ਪਿੰਡਾਂ ਨੂੰ ਲਿੰਕ ਸੜਕ ਰਾਹੀਂ ਕਈ ਪਿੰਡਾਂ ਨੂੰ ਜੋੜਿਆ ਜਾਵੇਗਾ ਅਤੇ ਹੋਰ ਵੀ ਜਿਹੜੇ ਵਿਕਾਸ ਦੇ ਕੰਮ ਬਾਕੀ ਰਹਿੰਦੇ ਉਹ ਵੀ ਕਰਵਾਏ ਜਾਂਦੇ ਆ। ਅੱਗੇ ਦਾ ਕੰਮ ਵੀ ਇੱਥੇ ਚੱਲੇਗਾ? ਇਹ ਦਰੇਗਾ ਦੇ ਤਹਿਤ ਕੰਮ ਹੋ ਰਿਹਾ। ਠੀਕ ਹੈ। ਹਾਂਜੀ ਪ੍ਰਧਾਨ ਸਾਹਿਬ, ਤੁਸੀਂ ਪਹੁੰਚੋ, ਤੁਸੀਂ ਇਸ ਬਾਰੇ ਕੀ ਕਹਿ ਰਹੇ ਹੋ? ਸੋ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਔਰ ਫਾਜ਼ਿਲਕਾ ਤੋਂ MLA ਸਰਦਾਰ ਨਰਿੰਦਰਪਾਲ ਜੀ ਸਵਾ ਜੀ ਰਹਿਨਮਾਈ ਹੇਠ ਅੱਜ ਇਹ ਨੀਂਹ ਪੱਥਰ ਰੱਖਿਆ ਗਿਆ ਹੈ। ਸੋ ਜਿਹੜੇ ਆਸ ਪਾਸ ਦੇ ਪਿੰਡਾਂ ਨੂੰ ਬਹੁਤ ਫਾਇਦਾ ਹੋਏਗਾ। ਸੋ ਜੋ ਅੱਗੇ ਜੋ ਵਿਕਾਸ ਦੇ ਕੰਮ ਹੈਗੇ ਨੇ ਉਹ ਜਾਰੀ ਰਹਿਣਗੇ। ਹਾਂਜੀ ਅੰਕਲ ਜੀ, ਤੁਸੀਂ ਇਸ ਬਾਰੇ ਕੀ ਕਹੋਗੇ ਪਿੰਡ ਦੇ ਵਿਕਾਸ ਬਾਰੇ? ਬਹੁਤ ਵਧੀਆ ਕੰਮ ਹੋ ਰਹੇ ਨੇ ਔਰ ਵਿਕਾਸ ਦੇ ਕੰਮ ਚੱਲ ਰਹੇ ਨੇ। ਇਹ ਨਹਿਰ ਦੀ ਪਟੜੀ ਤਾਂ ਬਿਲਕੁਲ ਕੱਚੀ ਸੀ, ਆਉਣ ਜਾਣ ਨੂੰ ਬੜੀ ਮੁਸ਼ਕਲ ਸੀ। ਬੱਚੇ ਵੀ ਸਕੂਲ ਜਾਂਦੇ ਸੀ, ਬਾਈਕਾਂ ਉਹ ਵੀ ਬੜੀ ਮੁਸ਼ਕਲ ਹੁੰਦੀ ਸੀ। ਅਤੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸਾਡੇ MLA ਸਾਹਿਬ ਨਰਿੰਦਰਪਾਲ ਸਿੰਘ ਜੀ ਸਵਨਾ ਜੀ ਉਹਨਾਂ ਦੇ ਪਿਤਾ ਜੀ ਨੇ ਆ ਕੇ ਇਸ ਪਟੜੀ ਦਾ ਉਦਘਾਟਨ ਕੀਤਾ ਹੈ, ਨੀਂਹ ਪੱਥਰ ਰੱਖਿਆ। ਸਾਨੂੰ ਬਹੁਤ ਖੁਸ਼ੀ ਹੈ, ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ। ਅਤੇ ਐਂਦਾ ਵੀ ਜਿਹੜੇ ਸਾਡੇ ਵਿਕਾਸ ਦੇ ਕੰਮ ਨੇ ਉਹ ਇਸੇ ਤਰ੍ਹਾਂ ਹੀ ਚੱਲਦੇ ਰਹਿਣਗੇ। ਅਸੀਂ ਸਾਰੇ ਹੀ ਜਿਹੜੇ ਪਿੰਡ ਵਾਸੀ ਹਾਂ, ਅਸੀਂ ਬਹੁਤ ਹੀ ਉਹਨਾਂ ਦਾ ਧੰਨਵਾਦ ਕਰਦੇ ਹਾਂ। ਹਾਂਜੀ ਸੁਰਿੰਦਰ ਜੀ, ਤੁਸੀਂ ਇਹਨਾਂ ਬਾਰੇ ਕੀ ਕਹੋਗੇ ਜੋ ਇੰਨਾ ਵਧੀਆ ਕੰਮ ਕਰ ਰਹੇ ਨੇ ਸਰਦਾਰ ਨਰਿੰਦਰਪਾਲ ਸੋਨਾ ਜੀ? ਇਹ ਸਰਦਾਰ ਨਰਿੰਦਰਪਾਲ ਸਿੰਘ ਸਵਨਾ ਸਾਡੇ ਹਲਕੇ ਦੇ MLA ਬਹੁਤ ਹੀ ਵਧੀਆ ਕੰਮ ਕਰ ਰਹੇ ਨੇ। ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਹਨਾਂ ਨੇ ਜਿਹੜਾ ਪਿੰਡ ਦਾ ਵਿਕਾਸ ਦਾ ਕੰਮ, ਜਿਹੜਾ ਨਹਿਰ ਦੀ ਪਟੜੀ ਤੋਂ ਗ੍ਰਾਮ ਰਸੂਲ ਦੀ ਨਹਿਰ ਤੋਂ ਲੈ ਕੇ ਥੇ ਕਲੰਦਰ ਤੱਕ ਦੀ ਪਟੜੀ 'ਤੇ ਇਹਨਾਂ ਨੇ ਜਿਹੜੀ ਸੜਕ ਬਣਾਉਣ ਦਾ ਟੀਚਾ ਮਿੱਥਿਆ ਬਹੁਤ ਹੀ ਵਧੀਆ, ਅਤੇ ਸਾਰੇ ਲੋਕਾਂ ਨੂੰ ਇਹਨਾਂ ਦੇ ਕੰਮਾਂ ਦੀ ਸ਼ਲਾਘਾ ਕੀਤੀ ਹੈ। ਅਤੇ ਜਿਹੜੀ ਆਉਣ ਜਾਣ ਦੀ ਦਿੱਕਤ ਹੁੰਦੀ ਸੀਗੀ ਸਾਰੇ ਪਿੰਡਾਂ ਨੂੰ, ਮਤਲਬ ਬਹੁਤ ਵਧੀਆ ਅਤੇ ਸੁਖਾਲਾ ਹੋ ਗਿਆ ਜੀ। ਬਹੁਤ ਬਹੁਤ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਉਹਨਾਂ ਦੇ ਪਿਤਾ ਜੀ ਸਰਦਾਰ ਖਜਾਨ ਸਿੰਘ ਜੀ ਜਿਹੜੇ ਕਿ ਮੌਕੇ 'ਤੇ ਪਹੁੰਚੇ ਨੇ, ਜਿਨ੍ਹਾਂ ਨੇ ਨੀਂਹ ਪੱਥਰ ਰੱਖਿਆ ਅਤੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਜੀ, ਬਹੁਤ ਬਹੁਤ ਧੰਨਵਾਦ ਜੀ। ਹਾਂਜੀ ਪ੍ਰਧਾਨ ਸਾਹਿਬ, ਤੁਸੀਂ ਤਾਂ ਇਸ ਪਿੰਡ ਦੇ ਮੇਨ ਵਰਕਰ ਹੋ, ਤੁਸੀਂ MLA ਸਾਹਿਬ ਬਾਰੇ ਕੀ ਕਹੋਗੇ? MLA ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਜੀ, ਜਿਹੜਾ ਇਹ ਨੀਂਹ ਪੱਥਰ ਰੱਖਿਆ। ਅੱਜ ਇੱਥੇ ਪਹਿਲਾਂ ਬਹੁਤ ਮੁਸ਼ਕਲਾਂ ਆਉਂਦੀਆਂ ਸੀ ਲੰਘਣ ਟਾਈਮ, ਪਹਿਲਾਂ ਸਰਕਾਰਾਂ ਵੀ ਬਹੁਤ ਆਈਆਂ ਪਰ ਅੱਜ ਤੱਕ ਇਹ ਕੰਮ ਕੋਈ ਨਹੀਂ ਕਰ ਸਕਿਆ। ਪਰ ਮੈਂ MLA ਸਾਹਿਬ ਨੂੰ ਬਹੁਤ ਵਧਾਈ ਦਿੰਦਾ ਜੋ ਉਹਨਾਂ ਨੇ ਗੁਲਾਮ ਰਸੂਲ 'ਚ ਬਹੁਤ ਵਧੀਆ, ਅੱਜ ਖਜਾਨ ਸਿੰਘ ਪਟਵਾਰੀ ਜੀ ਪਹੁੰਚੇ ਨੇ, ਜੋ ਨੀਂਹ ਪੱਥਰ ਪਿੰਡ ਦਾ ਰੱਖਿਆ ਔਰ ਆਉਣ ਜਾਣ ਵਾਲੀ ਸਮੱਸਿਆ ਨੂੰ ਦੂਰ ਹੋ ਗਈ ਸਾਰਿਆਂ ਦੀ। ਅਤੇ ਮੈਂ ਧੰਨਵਾਦ ਕਰਦਾ ਜੀ MLA ਸਾਹਿਬ ਦਾ। ਰਾਮ ਚੰਦ ਡੋਡਾ ਜੀ, MLA ਸਾਹਿਬ ਨੇ ਜਿਹੜਾ ਨੀਂਹ ਪੱਥਰ ਰਖਾਇਆ, ਇਹ ਸੜਕ ਦਾ ਕੰਮ ਸਿਰ 'ਤੇ ਲਿਆ ਹੈਗਾ, ਬਹੁਤ ਵਧੀਆ ਕੀਤਾ। ਇਹ ਕਿੰਨੇ ਚਿਰਾਂ ਤੋਂ ਇਹ ਮਤਲਬ ਸੜਕ ਵਿੱਚ ਪੈਂਡਿੰਗ ਪਈ ਸੀ, ਲੋਕਾਂ ਨੂੰ ਆਉਣ ਜਾਣ ਨਾਲ ਬੜੀ ਮੁਸ਼ਕਲ ਹੁੰਦੀ ਗਈ ਸੀ, ਅਤੇ ਇਸ ਨਾਲ ਲੋਕਾਂ ਨੂੰ, ਬੱਚਿਆਂ ਨੂੰ, ਸਕੂਲੇ ਜਾਣ ਵਾਲਿਆਂ ਨੂੰ ਵੀ ਵਾਧਾ ਰਹਿ ਜਾਣਾ ਹੈਗਾ ਇਸ ਗੱਲ ਦਾ, ਅਤੇ ਲੋਕ ਆਮ ਜ਼ਿਮੀਦਾਰਾਂ ਨੂੰ ਵੀ ਆਉਣ ਜਾਣ ਦੇ ਵਿੱਚ ਸਹੂਲਤ ਰਹਿਣੀ ਹੈ। ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਜੀ।